लो जी अज असी पहुंचे हैं एक प्योर केन गन्ने का जूस। ये ओनर ने भाई ये मशीन किस चीज़ की है जी? सर गन्ने जूस की मशीन है। गन्ने का जूस पहली बारी देखी भाई मशीन इदा दी? हाँ जी पंजाब से हूँ आप सप्लाई पंजाब हरियाणा हम शुरू किया। एक्चुअली अपनी मेन मैनुफैक्चरिंग है गुजरात से यूनिट लगाया। ओके ये स्टॉक रखते तुसी नाल? हाँ जी ब्रांच खोली है हूँ पंजाब हरियाणा सप्लाई करने लई। ओके आओ तो मैं दिखाना मशीन डेमो दोगे माड़ा मशीन का? राहुल बना एक लाओ जी। ਇਹ 'ਚ ਗੰਨਾ ਕਿੱਥੇ ਪੈਂਦਾ ਫਿਰ? ਭਾਅ ਜੀ ਆਹ ਦੇਖੋ ਮੈਂ ਤੁਹਾਨੂੰ ਦਿਖਾਉਣਾ ਇਹਦੀ ਮਸ਼ੀਨ ਦਾ ਨਾ ਸਿਸਟਮ ਹੈਗਾ ਵੀ ਵਿਦਆਊਟ ਆਈਸ ਜੂਸ ਚਿਲਡ ਕਰਨ ਦਾ। ਓਕੇ ਬਰਫ਼ ਨਹੀਂ ਪੈਣੀ? ਹਾਂਜੀ ਇਹਦੇ 'ਚ ਨਾ ਆਪਣਾ ਇੱਕ ਚਿਲਰ ਬੋਕਸ ਦਿੱਤਾ ਹੋਇਆ ਆਪਾਂ ਇਹਦੇ ਵਿੱਚ ਬਰਫ਼ ਪਾਈ ਹੈ ਇਹਦੇ 'ਚ ਪਾਈਪਾਂ ਹੈਗੀਆਂ ਜਿਹੜੀਆਂ ਇੱਦਾਂ ਪਾਈਪ ਨਾ ਇਹਦੇ ਵਿੱਚ 10-20 ਰਾਊਂਡ ਇਸ ਪਾਈਪ ਦੇ ਦਿੱਤੇ ਹੋਏ ਆ ਜਿਸ 'ਚੋਂ ਜੂਸ ਹੋ ਕੇ ਆਉਣਾ ਤਾਂ ਬਰਫ਼ ਦੇ ਨਾਲ ਪਾਈਪਾਂ ਇੰਨੀਆਂ ਠੰਡੀਆਂ ਹੁੰਦੀਆਂ ਵੀ ਇਹ ਜੂਸ ਵਿਦਆਊਟ ਆਈਸ ਇੰਨਾ ਚਿਲਡ ਹੋ ਜਾਂਦਾ ਕਿ ਬਰਫ਼ ਪਾ ਕੇ ਵੀ ਨਹੀਂ ਹੁੰਦਾ ਹੁੰਦਾ। ਇਹ ਤਾਂ ਫਿਰ ਠੰਡਾ ਕਰਨ ਵਾਲਾ ਗੀਜ਼ਰ ਹੋ ਗਿਆ। ਜੀ 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 ਠੰਡਾ ਕਰਨ ਵਾਲਾ ਗੀਜ਼ਰ ਇਹ ਪਿਓਰ ਜੂਸ ਦਿੰਦੀ ਹੈ ਕਿ ਜੂਸ ਦੇ ਵਿੱਚ ਵੀ ਆਈਸ ਨਹੀਂ ਪੈਂਦੀ ਅਤੇ ਇਹ ਕੋਲਡ ਪ੍ਰੈਸ ਸਿਸਟਮ ਹੈਗਾ ਮਸ਼ੀਨ ਦਾ। ਇੱਕ ਗੰਨਾ ਵੜ ਗਿਆ ਵਾਪਸ ਨਹੀਂ ਕੱਢਣਾ ਪੈਣਾ ਇਹਨੂੰ? ਨਹੀਂ ਨਹੀਂ ਇੱਕ ਵਾਰ ਵਨ ਟਾਈਮ ਕ੍ਰਸ਼ਿੰਗ ਹੈ ਗੰਨਾ ਆਪਾਂ ਮਤਲਬ ਗਿੱਲੇ ਗੰਨੇ ਨੂੰ ਦੁਬਾਰਾ ਹੱਥ ਨਹੀਂ ਲਗਾਉਣਾ ਹੁੰਦਾ ਅਤੇ ਹਾਈਜੀਨਿਕ ਹੈ ਮਤਲਬ ਹਾਈਜੀਨਿਕ। ਆਪਾਂ ਅਦਰਕ ਪੁਦੀਨਾ ਵੀ ਇੱਦਾਂ ਰੱਖਿਆ ਹੋਇਆ ਇਸ 'ਚ ਪੁਦੀਨਾ ਇਸ 'ਚ ਅਦਰਕ ਹੈ ਨਿੰਬੂ ਉਹਦੇ ਵਿੱਚ ਲੱਗ ਜਾਂਦਾ ਕ੍ਰਸ਼ਰ 'ਚ ਮਤਲਬ ਪ੍ਰੋਪਰ ਹਾਈਜੀਨਿਕ ਕੰਮ ਕੀਤਾ। ਜੀ ਜੀ ਆਹ ਦੇਖੋ ਇਹਦਾ ਗਾਰਬੇਜ ਸਿਸਟਮ ਦਿਖਾਉਣਾ ਗੰਨਾ ਲਾਇਆ ਅਤੇ ਆਪਾਂ ਨੂੰ ਗੰਨੇ ਦਾ ਛਿਲਕਾ ਜਿਹੜਾ ਪਿੱਛੇ ਬੋਕਸ 'ਚ ਆ ਜਾਂਦਾ। ਓਕੇ ਇੱਦਾਂ ਛਿਲਕਾ ਇੱਦਾਂ ਹੀ ਰਹਿ ਜਾਂਦਾ ਅਤੇ ਪਲਪ ਇਹਦਾ ਨਿਚੜ ਜਾਂਦਾ ਸਾਰਾ 95% ਇਹ ਪਲਪ 'ਚੋਂ ਜੂਸ ਕੱਢ ਦਿੰਦੀ ਹੈ। 95% ਇਹਦੇ ਸਿਰਫ 400 ਵਾਟ ਦੀ ਕੰਜਪਸ਼ਨ ਦੀ ਮੋਟਰ ਹੈ। ਸਿਸਟਮ ਜਿਹੜਾ ਗਰਾਰੀਆਂ ਦਾ ਉਹ ਇਹਦਾ ਇਟਾਲੀਅਨ ਲੱਗਿਆ ਹੋਇਆ ਮਤਲਬ ਪਾਵਰ ਇਹ 'ਚ ਇੰਨੀ ਹੈ ਕਿ ਇਹ 900 kg ਦੀ ਲਿਫਟ ਤੱਕ ਨੂੰ ਨਹੀਂ ਚੱਕ ਸਕਦੀ ਮਤਲਬ ਗੰਨਾ ਰੁਕਦਾ ਨਹੀਂ ਗਾ। ਇਹਦੇ 'ਚ ਰਿਵਰਸ ਫਾਰਵਰਡ 2 ਆਪਸ਼ਨ ਹੈਗੇ ਆ ਵੀ ਜੇ ਕਿਸੇ ਟਾਈਮ ਤੁਹਾਡਾ ਗੰਨਾ 1-2 ਇਕੱਠੇ ਲਗਾ ਕੇ ਫਸ ਗਿਆ ਤਾਂ ਇਹਨੂੰ ਇੱਧਰ ਬੈਕ ਕਰੋ ਰਿਵਰਸ ਅਤੇ ਮਸ਼ੀਨ ਰਿਵਰਸ ਘੁੰਮਣ ਲੱਗ ਜਾਂਦੀ ਗੰਨਾ ਬਾਹਰ ਆ ਜਾਂਦਾ ਅਤੇ ਜੇ ਇੱਦਾਂ ਫਾਰਵਰਡ ਕਰੋ ਆਫ ਕਰਕੇ ਤਾਂ ਗੰਨਾ ਫਾਰਵਰਡ ਹੋ ਜਾਂਦਾ। ਜਦੋਂ ਜੂਸ ਤੁਸੀਂ ਕੱਢ ਲਿਆ ਇਹਦੇ 'ਚ ਮਾਈਕਰੋ ਫਿਲਟਰ ਹੈ ਮਤਲਬ ਸਾਰੇ ਜੂਸ ਇੰਨੀ ਪ੍ਰੋਪਰ ਆਟੋਮੈਟਿਕ ਕੰਮ ਹੈ ਝੱਗ ਜੂਸ ਸਭ ਛੱਡ ਕੇ ਆਉਂਦਾ ਵੀ ਝੱਗ ਵੀ ਫੋਨ ਜੂਸ 'ਚ ਨਹੀਂ ਆਏਗੀ ਇੱਥੋਂ ਆਪਾਂ ਬਟਨ ਦੱਬਣਾ ਅਤੇ ਪੰਪ ਨੇ ਜੂਸ ਬਾਹਰ ਦੇ ਦੇਣਾ ਆਪਾਂ ਨੂੰ। ਗੰਨਾ ਵੀ ਵਿੱਚ ਤੁਸੀਂ ਸਟੋਰ ਕਰ ਸਕਦੇ ਹੋ ਅਤੇ ਜੇ ਤੁਸੀਂ ਇਹਨੂੰ ਚੱਲਦਾ ਫਿਰਦਾ ਕਰਨਾ ਤਾਂ ਤੁਹਾਨੂੰ ਇਹਦੇ 'ਚ ਇਨਵਰਟਰ ਲਗਾਉਣਾ ਪਏਗਾ। ਅਦਰਵਾਈਜ਼ ਸ਼ੌਪ 'ਤੇ ਅਸੀਂ ਰੈਡੀ ਟੂ ਯੂਜ ਮਾਡਲ ਦਿੰਦੇ ਹਾਂ ਛੋਟੇ ਟਾਇਰ ਹੁੰਦੇ ਆ। ਇੱਥੇ ਤੁਸੀਂ ਡੈਮੋ ਵਾਸਤੇ ਰੱਖਿਆ ਹੈ? ਜੀ ਇਹ ਡੈਮੋ ਵਾਸਤੇ ਆਪਾਂ ਮਤਲਬ ਲੋਕਾਂ ਨੂੰ ਟੇਸਟ ਕਰਾ ਦਿੰਦੇ ਇੱਕ ਤਾਂ ਪਿਓਰਟੀ ਅਤੇ ਉਹਦਾ 90-90 kg ਦੀ ਮਸ਼ੀਨ ਹੈ ਉਹਦਾ 32x34 ਇਹਦਾ ਸਾਈਜ਼ ਹੈ। ਓਕੇ ਓਕੇ ਮਤਲਬ ਜਗ੍ਹਾ ਵੀ ਜ਼ਿਆਦਾ ਕੰਜ਼ਿਊਮ ਨਹੀਂ ਕਰਦੀ? ਹਾਂਜੀ ਇਹ ਲੁਧਿਆਣੇ ਆਪਣੇ ਕੋਲ ਗਊਸ਼ਾਲਾ ਰੋਡ 'ਤੇ ਅਵੇਲੇਬਲ ਹੁੰਦੀ ਹੈ। ਐਡਰੈਸ ਪ੍ਰੋਪਰ ਦੱਸੋਗੇ? ਇਹ ਆਪਣਾ ਜੀ 3 ਨੰਬਰ ਡਿਵੀਜ਼ਨ ਦੇ ਕੋਲ ਗਊਸ਼ਾਲਾ ਰੋਡ ਗਊਘਾਟ ਗੁਰਦੁਆਰੇ ਦੇ ਨਾਲ ਆਪਣਾ ਪਿਓਰ ਕੇਨ ਦਾ ਇੱਥੇ ਹੈਗਾ ਬ੍ਰਾਂਚ ਆਫਿਸ ਅਤੇ ਆਪਾਂ ਜੇ ਇੰਡੀਆ ਪੰਜਾਬ ਤੋਂ ਬਾਹਰ ਹਰਿਆਣੇ ਤੋਂ ਬਾਅਦ ਜ਼ਿਆਦਾ ਦੂਰ ਚਾਹੀਦੀ ਹੈ ਸਿੱਧਾ ਫੈਕਟਰੀ ਤੋਂ ਆਪਾਂ ਡਿਸਪੈਚ ਕਰ ਦਿੰਦੇ ਹਾਂ ਨਹੀਂ ਤਾਂ ਆਪਣੇ ਕੋਲ ਸਪਲਾਈ ਹੋ ਜਾਏਗੀ ਨਾ ਹੋਮ ਡਿਲੀਵਰੀ ਦੇ ਦਿੰਦੇ ਹਾਂ ਸਰ ਡੋਰ ਸਟੈਪ ਡਿਲੀਵਰੀ ਦੇ ਦਿੰਦੇ ਹਾਂ ਪੂਰੇ ਇੰਡੀਆ ਜਿੱਥੇ ਮਰਜ਼ੀ ਚਾਹੀਦੀ ਹੈ। ਠੀਕ ਹੈ ਸਰ ਬਹੁਤ ਵਧੀਆ ਲੱਗਿਆ ਜੀ।